ਜੀ ਦੋਸਤੋ ਵੈਲਕਮ ਤੁਹਾਡੇ ਪੰਜਾਬ ਜੋਬ ਸਰਚ YouTube ਚੈਨਲ ਵਿੱਚ ਅੱਜ ਵਾਲੀ ਵੀਡੀਓ ਵਿੱਚ ਅਗਰ ਤੁਸੀਂ ਵੀ ਸਰਕਾਰੀ ਨੌਕਰੀਆਂ ਲੈਣਾ ਚਾਹੁੰਦੇ ਹੋ ਤੁਸੀਂ ਵੀ ਸਰਕਾਰੀ ਨੌਕਰੀਆਂ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਵਾਲੀ ਵੀਡੀਓ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖੋ ਕਿਉਂਕਿ ਇਸ ਵੀਡੀਓ ਵਿੱਚ ਤੁਹਾਨੂੰ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਮਿਲਣ ਵਾਲੀ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਅਗਰ ਤੁਸੀਂ ਵੀ ਸਰਕਾਰੀ ਨੌਕਰੀਆਂ ਸਰਕਾਰੀ ਸਕੀਮਾਂ ਦੇ ਲੇਟੈਸਟ ਫਾਸਟ ਅਪਡੇਟ ਆਪਣੇ ਫੋਨ ਦੇ ਉੱਪਰ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਬਿਨਾਂ ਕਿਸੇ ਦੇਰੀ ਦੇ ਸਾਡੇ ਪੰਜਾਬ ਜੋਬ ਸਰਚ YouTube ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਤੇ 올 ਨ ਟੈਂ ਜ਼ਰੂਰ ਦਵਾ ਕੇ ਰੱਖੋ ਕਿਉਂਕਿ ਅਸੀਂ ਹਰ ਰੋਜ਼ ਤੁਹਾਡੇ ਲਈ ਨਵੇਂ-ਨਵੇਂ ਸਰਕਾਰੀ ਨੌਕਰੀਆਂ ਸਰਕਾਰੀ ਸਕੀਮਾਂ ਦੇ ਲੇਟੈਸਟ ਫਾਸਟ ਅਪਡੇਟ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਆ ਤੁਸੀਂ ਸਾਡੇ ਵਟਸਐਪ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਚਲੋ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਅਸੀਂ ਅੱਜ ਦੀ ਮੇਨ ਅਪਡੇਟ ਦੇ ਉੱਪਰ ਹਾਂਜੀ ਦੋਸਤੋ ਅੱਪਡੇਟ ਦੇ ਉੱਪਰ ਆ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਸੀਐਮ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਇੱਕ ਹੁਣੇ-ਹੁਣੇ ਇੱਕ ਲੈਟਰ ਜਾਰੀ ਕੀਤਾ ਹੈ ਉਹਨਾਂ ਵੱਲੋਂ ਇਹ ਲੈਟਰ ਸ਼ੇਅਰ ਕੀਤਾ ਗਿਆ ਜਿਹਦੇ ਵਿੱਚ ਪੰਜਾਬ ਦੇ ਕੁਝ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਕੀਤੀ ਗਈ ਹੈ ਜਿਹੜੀ ਇਹ ਫੇਰ ਬਦਲਾਏ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਵੀ ਪੰਜਾਬ ਦੀਆਂ ਨੌਕਰੀਆਂ ਦੇ ਪੇਪਰ ਹੋਣਗੇ ਉਹਨਾਂ ਵਿੱਚ ਜਿਹੜੇ ਸਵਾਲ ਪੁੱਛੇ ਜਾ ਸਕਦੇ ਨੇ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਸੁਣੋ ਅਤੇ ਇਹਨਾਂ ਮੰਤਰੀਆਂ ਦੇ ਇਹਨਾਂ ਮੰਤਰੀ ਮੰਡਲ ਨੂੰ ਕਿਹੜਾ ਵਿਭਾਗ ਮਿਲਿਆ ਉਹਨਾਂ ਨਾਮ ਤੁਸੀਂ ਯਾਦ ਜ਼ਰੂਰ ਰੱਖੋ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਜਿੰਨੇ ਵੀ ਐਗਜ਼ਾਮ ਹੋਣ ਇਸ ਦੇ ਰਿਲੇਟਡ ਕੁਐਸਚਨ ਪੱਕੇ ਆਉਣਗੇ ਜਿਹੜਾ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਗੁਰਮੀਤ ਸਿੰਘ ਮੀਤ ਹੇਅਰ ਨੂੰ ਪੰਜ ਵਿਭਾਗ ਦਿੱਤੇ ਗਏ ਨੇ ਜਿਦੇ ਵਿੱਚ ਪਹਿਲਾ ਵਿਭਾਗ ਆ ਵਾਟਰ ਰਿਸੋਰਸ ਮਾਈਨ ਗਲੋਇੰਗ ਫਿਰ ਉਸ ਤੋਂ ਬਾਅਦ ਸਾਇੰਸ ਟੈਕਨੋਲੋਜੀ এনवायरमेंट ਸਪੋਰਟਸ ਜੋ ਸਰਵਿਸ ਅਤੇ ਉਸ ਤੋਂ ਬਾਅਦ ਲੈਂਡ ਐਂਡ ਵਾਟਰ ਦਾ ਨਾਂ ਬੋਲਣ ਉਹਨਾਂ ਨੂੰ ਜਿਹੜਾ ਡਿਪਾਰਟਮੈਂਟ ਦਿੱਤਾ ਗਿਆ ਜਿਹੜਾ ਨੈਕਸਟ ਆ ਇਹ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੂੰ ਐਨ ਆਰ ਆਈ ਅਫੇਅਰਸ ਅਤੇ ਐਡਮ ਰਿਫਾਰਮਸ ਜਿਹੜੇ ਦਾ ਡਿਪਾਰਟਮੈਂਟ ਉਹਨਾਂ ਨੂੰ ਦਿੱਤਾ ਗਿਆ ਠੀਕ ਹੈ ਜੀ ਲਾਲਜੀ ਸਿੰਘ ਪੁੱਲਰ ਨੇ ਉਹਨਾਂ ਨੂੰ ਟਰਾਂਸ ਵੋਡ ਵਿਭਾਗ ਅਤੇ ਰੂਲਰ ਡਿਵੈਲਪਮੈਂਟ ਪੰਚਾਇਤ ਦਾ ਜਿਹੜਾ ਵਿਭਾਗ ਦਿੱਤਾ ਗਿਆ ਠੀਕ ਹੈ ਜਿਹੜੇ 4 ਨੰਬਰ ਸਰਦਾਰ ਬਲਕਾਰ ਸਿੰਘ ਜੀ ਨੇ ਉਹਨਾਂ ਨੂੰ ਲੋਕਲ ਗਵਰਨਮੈਂਟ ਅਤੇ ਪਾਰਲੀਮੈਂਟ ਅਫੇਅਰਸ ਦਾ ਜਿਹੜਾ ਇਹ ਉਹਨਾਂ ਨੂੰ ਵਿਭਾਗ ਦਿੱਤਾ ਗਿਆ ਜਿਹੜੇ ਲਾਸਟ ਵਾਲਾ ਜਿਹੜੇ ਗੁਰਮੀਤ ਸਿੰਘ ਕੁੰਡੀਆਂ ਨੂੰ ਤਿੰਨ ਨਵੇਂ ਡਿਪਾਰਟਮੈਂਟ ਉਹਨਾਂ ਨੂੰ ਜਿਹੜੇ ਤੇ ਤੇਗਾ ਇਹਨੇ ਪਹਿਲਾ ਡਿਪਾਰਟਮੈਂਟ ਆ ਐਗਰੀਕਲਚਰ ਫਾਰਮਰ ਵੈਲਫੇਅਰ ਉਸ ਤੋਂ ਬਾਅਦ ਐਨੀਮ ਐਨੀਮਲ ਹਾਊਸ ਬੈਂਡਰੀ ਫਰ셔 ਐਂਡ ਡੈਰੀ ਡਿਪਾਰਟਮੈਂਟ ਤੇ ਜਿਹੜਾ 3 ਨੰਬਰ ਵਾਲਾ ਉਹਨਾਂ ਨੂੰ ਵਿਭਾਗ ਸੌਂਪਿਆ ਗਿਆ ਉਹ ਇਹ ਜੀ ਫੂਡ ਪ੍ਰੋਸੈਸਿੰਗ ਦਾ ਇਹਨਾਂ ਸਾਰੇ 5 ਮੰਤਰੀਆਂ ਨੂੰ ਜਿਹੜੇ ਤਕਰੀਬਨ 12 ਤੋਂ 13 ਜਿਹੜੇ ਨਵੇਂ ਵਿਭਾਗ ਸੌਂਪੇ ਗਏ ਨੇ ਜਿਹੜੇ ਇਹ ਵਾਲੇ ਇਹਨਾਂ ਮੰਤਰੀਆਂ ਜਿਹੜੀ ਤੁਹਾਨੂੰ ਜਾਣਕਾਰੀ ਆਉਣ ਵਾਲੇ ਪੇਪਰਾਂ ਦੇ ਵਿੱਚ ਤੁਹਾਡੇ ਤੋਂ ਪੁੱਛੇ ਜਾ ਸਕਦੇ ਨੇ ਸਵਾਲ ਕਿ ਕਿਹੜੇ ਮੰਤਰੀ ਨੂੰ ਕਿਹੜਾ ਵਿਭਾਗ ਵੰਡਿਆ ਗਿਆ ਇਸ ਕਰਕੇ ਤੁਸੀਂ ਇਹਨਾਂ ਪੰਜਾਂ ਮੰਤਰੀਆਂ ਦੇ 12 ਤੋਂ 13 ਜਿਹੜੇ ਡਿਪਾਰਟਮੈਂਟ ਬੰਡੇ ਗਏ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਰੱਟ ਕੇ ਰੱਖੋ ਤਾਂ ਤੁਸੀਂ ਆਉਣ ਵਾਲੇ ਪੇਪਰਾਂ ਵਿੱਚ ਚੰਗੇ ਨੰਬਰ ਲੈ ਕੇ ਪਾਸ ਹੋ ਸਕੋਗੇ ਜੀ ਹੋਰ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਵਿੱਚ ਸ਼ੇਅਰ ਜ਼ਰੂਰ ਕਰਦਾ ਕਰੋ ਬਾਏ ਬਾਏ ਜੈ ਹਿੰਦ